ਚਲਾਨ ਤੇ ਫੇਲ ਹੋਈਆਂ ਟਰੱਕ ਦੀਆਂ ਬ੍ਰੇਕਾਂ ਤਾਂ ਧੂ ਕੇ ਲੈ ਗਿਆ ਦੋ ਕਾਰਾਂ। ਮੌਕੇ ਤੇ ਹੰਗਾਮਾ ਹੋਇਆ। ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਦੇਖ ਸਕਦੇ ਹੋ ਕਿ ਇੱਕ ਢਲਾਨ ਦੇ ਉੱਤੇ ਇੱਕ ਟਰੱਕ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ, ਜਿਸ ਦਾ ਡਰਾਈਵਰ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦਾ ਏ, ਹੌਰਨ ਵਜਾਉਣ ਲੱਗ ਜਾਂਦਾ ਏ, ਜਿਸ ਕਰਕੇ ਲੋਕ ਚੁਕੰਨੇ ਹੋ ਜਾਂਦੇ ਨੇ ਅਤੇ ਸੜਕ ਦੇ ਕਿਨਾਰੇ ਹੋ ਗਏ। ਪਰ ਜਿਹੜੀਆਂ ਗੱਡੀਆਂ ਸੜਕ ਦੇ ਵਿਚਕਾਰ ਖੜੀਆਂ ਸੀ, ਇਹ ਟਰੱਕ ਉਹਨਾਂ ਦੇ ਵਿੱਚ ਜਾ ਕੇ ਵੱਜਦਾ ਏ ਅਤੇ ਦੋ ਗੱਡੀਆਂ ਨੂੰ ਕਾਫ਼ੀ ਦੂਰ ਤੱਕ ਧੂ ਕੇ ਲੈ ਜਾਂਦਾ ਏ, ਜਿਸ ਕਰਕੇ ਗੱਡੀਆਂ ਦਾ ਬੁਰਾ ਹਾਲ ਹੋ ਗਿਆ ਏ। ਕਿਸਮਤ ਵਾਲੀ ਗੱਲ ਇਹ ਰਹੀ ਕਿ ਉਸ ਗੱਡੀ ਦੇ ਵਿੱਚ ਕੋਈ ਵੀ ਸਵਾਰ ਨਹੀਂ ਸੀ, ਉਹ ਸੜਕ ਦੇ ਵਿੱਚ ਕਾਰ ਪਾਰਕਿੰਗ 'ਚ ਲੱਗੀਆਂ ਹੋਈਆਂ ਸੀ, ਤਾਂ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਾਲੀ ਨੁਕਸਾਨ ਜ਼ਰੂਰ ਹੋਇਆ ਹੈ। ਤਾਂ ਗੁਆਂਢੀ ਸੂਬਾ ਹਰਿਆਣਾ ਦੇ ਕੈਥਲ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਕੋਠੀ ਗੇਟ ਦੇ ਨੇੜੇ ਇੱਕ ਕੈਂਟਰ, ਇੱਕ ਟਰੱਕ ਚਾਲਕ ਜੋ ਕਿ ਰਸਤਾ ਭਟਕ ਗਿਆ ਸੀ, ਗੂਗਲ ਮੈਪ ਦਾ ਯੂਜ਼ ਕਰ ਰਿਹਾ ਸੀ, ਤਾਂ ਗੂਗਲ ਮੈਪ ਉਸਨੂੰ ਇੰਨੀ ਤਿੱਖੀ ਢਲਾਨ 'ਤੇ ਲਿਆਇਆ ਕਿ ਉਸਦੇ ਏਅਰ ਬ੍ਰੇਕ ਫੇਲ ਹੋ ਗਏ, ਜਿਸ ਕਰਕੇ ਟਰੱਕ ਬੇਕਾਬੂ ਹੋ ਗਿਆ। ਬੇਕਾਬੂ ਹੋ ਕੇ ਸਿੱਧਾ ਗੱਡੀਆਂ ਦੇ ਵਿੱਚ ਵੱਜਦਾ ਏ। ਗੱਡੀਆਂ ਬੁਰੀ ਤਰੀਕੇ ਦੇ ਨਾਲ ਨੁਕਸਾਨੀਆਂ ਜਾਂਦੀਆਂ ਨੇ, ਅਤੇ ਗੱਡੀ ਵਾਲਿਆਂ ਦਾ ਵੀ ਕਹਿਣਾ ਹੈ ਕਿ ਇਸ ਟਰੱਕ ਦਾ ਚਾਲਕ ਹੈ ਜੋ ਉਹ ਨਸ਼ੇ ਦੇ ਵਿੱਚ ਸੀ ਅਤੇ ਗੂਗਲ ਮੈਪ ਦੇ ਵੱਲੋਂ ਉਹ ਗਲਤ ਰਾਹ ਪੈ ਗਿਆ ਅਤੇ ਮਾਰਕੀਟ ਦੇ ਵਿੱਚ ਵੜ ਗਿਆ, ਜਿਸ ਕਰਕੇ ਢਲਾਨ 'ਤੇ ਉਸਦੀਆਂ ਬ੍ਰੇਕਾਂ ਫੇਲ ਹੋਈਆਂ ਅਤੇ ਏਡਾ ਵੱਡਾ ਹਾਦਸਾ ਹੋ ਗਿਆ। ਆਓ ਮੌਕੇ 'ਤੇ ਜਿਹੜੇ ਲੋਕ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਆਖਰਕਾਰ ਗਲਤੀ ਕਿਸ ਦੀ ਆ, ਕਿ ਸੱਚੀ 'ਚ ਜਿਹੜਾ ਟਰੱਕ ਦਾ ਡਰਾਈਵਰ ਹੈ ਉਸਨੇ ਸ਼ਰਾਬ ਪੀਤੀ ਸੀ, ਜਾਂ ਸਿਰਫ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਵੀ ਵੱਡੀ ਗੱਡੀ ਦੇ ਡਰਾਈਵਰ 'ਤੇ। ਕਮਲ ਅਗਰਵਾਲ ਜੀ, ਇਹ ਉੱਪਰ ਤੇ ਆਇਆ ਅੱਜ ਲਗਾਤੇ ਹੋਏ, ਬ੍ਰੇਕਾਂ ਫੇਲ ਹੋ ਗਈ, ਬ੍ਰੇਕਾਂ ਫੇਲ ਹੋ ਗਈ, ਐਂ ਤੋਂ ਇੱਕਦਮ ਆਇਆ ਪਿੱਛੇ ਗਾੜੀ ਦੀ, ਉਹ ਗਾੜੀ ਉਹ ਲਿੱਤੇ ਹੋਏ ਚਪੇਟ ਮੈਂ ਆਪਣਾ ਯਹਾਂ ਆ ਗਿਆ ਜੀ। ਨੁਕਸਾਨ ਦੋ ਗਾੜੀ ਇਹ ਫੁੱਟ ਗਈ ਹੈ ਜੀ, ਐਂ ਇੱਕ ਸਕੂਟੀ ਵਾਲਾ ਨੀਚੇ ਆ ਗਿਆ ਤਾਂ ਇਸਕੇ ਹੋਰ ਤੋਂ ਨਿਕਾਲ ਕੇ ਸਕੂਟੀ ਲੈ ਗਿਆ ਜੀ। ਉਹ ਇਹ ਨਸ਼ੇ ਮੈਂ ਹੈ ਜੀ, ਪੂਰਾ ਨਸ਼ੇ ਮੈਂ ਦੁੱਧ ਹੋ ਰਿਹਾ ਤਾ, ਪ੍ਰੈਸ਼ਰ ਵਾਲੀ ਬ੍ਰੇਕ ਖਤਮ ਹੋ ਗਈ, ਇਸ ਕਰਕੇ ਨੀਚੇ ਆਇਆ ਇੱਕਦਮ। ਬਾਕੀ ਚੋਟ ਫੇਟ ਸੇ ਬਚ ਗਏ, ਗਾਡੀਓ ਕਾ ਨੁਕਸਾਨ ਹੈ। ਕਾਰਵਾਈ ਅਭੀ ਤੋ ਜਾਮ ਹਟਵਾਣੇ ਗਈ ਹੈ, ਸਬਸੇ ਪਹਿਲੇ ਤੋ ਪਬਲਿਕ ਕੀ ਦੀ ਦਿੱਕਤ ਹੈ, ਇਸਕੋ ਸਮੱਸਿਆ ਕੋਲ ਕਰਤੇ ਅਭੀ ਜਸਟ। ਢਲਾਨ 'ਤੇ ਫੇਲ ਹੋਈਆਂ ਟਰੱਕ ਦੀਆਂ ਬ੍ਰੇਕਾਂ ਤਾਂ ਧੂ ਕੇ ਲੈ ਗਿਆ ਦੋ ਕਾਰਾਂ। ਮੌਕੇ 'ਤੇ ਹੰਗਾਮਾ ਹੋਇਆ। ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਦੇਖ ਸਕਦੇ ਹੋ ਕਿ ਇੱਕ ਢਲਾਨ ਦੇ ਉੱਤੇ ਇੱਕ ਟਰੱਕ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ, ਜਿਸ ਦਾ ਡਰਾਈਵਰ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦਾ ਏ, ਹੌਰਨ ਵਜਾਉਣ ਲੱਗ ਜਾਂਦਾ ਏ, ਜਿਸ ਕਰਕੇ ਲੋਕ ਚੁਕੰਨੇ ਹੋ ਜਾਂਦੇ ਨੇ ਅਤੇ ਸੜਕ ਦੇ ਕਿਨਾਰੇ ਹੋ ਗਏ। ਪਰ ਜਿਹੜੀਆਂ ਗੱਡੀਆਂ ਸੜਕ ਦੇ ਵਿਚਕਾਰ ਖੜੀਆਂ ਸੀ, ਇਹ ਟਰੱਕ ਉਹਨਾਂ ਦੇ ਵਿੱਚ ਜਾ ਕੇ ਵੱਜਦਾ ਏ ਅਤੇ ਦੋ ਗੱਡੀਆਂ ਨੂੰ ਕਾਫ਼ੀ ਦੂਰ ਤੱਕ ਧੂ ਕੇ ਲੈ ਜਾਂਦਾ ਏ, ਜਿਸ ਕਰਕੇ ਗੱਡੀਆਂ ਦਾ ਬੁਰਾ ਹਾਲ ਹੋ ਗਿਆ ਏ। ਕਿਸਮਤ ਵਾਲੀ ਗੱਲ ਇਹ ਰਹੀ ਕਿ ਉਸ ਗੱਡੀ ਦੇ ਵਿੱਚ ਕੋਈ ਵੀ ਸਵਾਰ ਨਹੀਂ ਸੀ, ਉਹ ਸੜਕ ਦੇ ਵਿੱਚ ਕਾਰ ਪਾਰਕਿੰਗ 'ਚ ਲੱਗੀਆਂ ਹੋਈਆਂ ਸੀ, ਤਾਂ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਾਲੀ ਨੁਕਸਾਨ ਜ਼ਰੂਰ ਹੋਇਆ ਏ। ਤਾਂ ਗੁਆਂਢੀ ਸੂਬਾ ਹਰਿਆਣਾ ਦੇ ਕੈਥਲ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਕੋਠੀ ਗੇਟ ਦੇ ਨੇੜੇ ਇੱਕ ਕੈਂਟਰ, ਇੱਕ ਟਰੱਕ ਚਾਲਕ ਜੋ ਕਿ ਰਸਤਾ ਭਟਕ ਗਿਆ ਸੀ, ਗੂਗਲ ਮੈਪ ਦਾ ਯੂਜ਼ ਕਰ ਰਿਹਾ ਸੀ,
ਤਾਂ ਗੂਗਲ ਮੈਪ ਉਸ ਨੂੰ ਇੰਨੀ ਤਿੱਖੀ ਢਲਾਨ 'ਤੇ ਲਿਆਇਆ ਕਿ ਉਸਦੇ ਏਅਰ ਬ੍ਰੇਕ ਫੇਲ ਹੋ ਗਈ, ਜਿਸ ਕਰਕੇ ਟਰੱਕ ਬੇਕਾਬੂ ਹੋ ਗਿਆ। ਬੇਕਾਬੂ ਹੋ ਕੇ ਸਿੱਧਾ ਗੱਡੀਆਂ ਦੇ ਵਿੱਚ ਵੱਜਦਾ ਏ। ਗੱਡੀਆਂ ਬੁਰੀ ਤਰੀਕੇ ਦੇ ਨਾਲ ਨੁਕਸਾਨੀਆਂ ਜਾਂਦੀਆਂ ਨੇ, ਅਤੇ ਗੱਡੀ ਵਾਲਿਆਂ ਦਾ ਵੀ ਕਹਿਣਾ ਹੈ ਕਿ ਇਸ ਟਰੱਕ ਦਾ ਚਾਲਕ ਹੈ ਜੋ ਉਹ ਨਸ਼ੇ ਦੇ ਵਿੱਚ ਸੀ ਅਤੇ ਗੂਗਲ ਮੈਪ ਦੇ ਵੱਲੋਂ ਉਹ ਗਲਤ ਰਾਹ ਪੈ ਗਿਆ ਅਤੇ ਮਾਰਕੀਟ ਦੇ ਵਿੱਚ ਵੜ ਗਿਆ, ਜਿਸ ਕਰਕੇ ਢਲਾਨ 'ਤੇ ਉਸਦੀਆਂ ਬ੍ਰੇਕਾਂ ਫੇਲ ਹੋਈਆਂ ਅਤੇ ਏਡਾ ਵੱਡਾ ਹਾਦਸਾ ਹੋ ਗਿਆ। ਆਓ ਮੌਕੇ 'ਤੇ ਜਿਹੜੇ ਲੋਕ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਗਲਤੀ ਕਿਸ ਦੀ ਆ, ਕਿ ਸੱਚੀ 'ਚ ਜਿਹੜਾ ਟਰੱਕ ਦਾ ਡਰਾਈਵਰ ਹੈ ਉਸਨੇ ਸ਼ਰਾਬ ਪੀਤੀ ਸੀ ਜਾਂ ਸਿਰਫ ਇਹ ਇਲਜ਼ਾਮ ਲਗਾਏ ਜਾ ਰਹੇ ਨੇ, ਉਹ ਵੀ ਵੱਡੀ ਗੱਡੀ ਦੇ ਡਰਾਈਵਰ 'ਤੇ। ਕਮਲ ਅਗਰਵਾਲ ਜੀ, ਇਹ ਉੱਪਰ ਤੇ ਆਇਆ ਵਾ ਜਲ ਲਗਾਤੇ ਹੋਏ, ਬ੍ਰੇਕਾਂ ਫੇਲ ਹੋ ਗਈ, ਬ੍ਰੇਕਾਂ ਫੇਲ ਹੋ ਗਈ, ਐਂ ਤੋਂ ਇੱਕਦਮ ਆਇਆ ਪਿੱਛੇ ਗਾੜੀਏ ਦੀ, ਉਹ ਗਾੜੀ ਉਹ ਲਿੱਤੇ ਹੋਏ ਚਪੇਟ ਮੈਂ ਆਪਣਾ ਯਹਾਂ ਆ ਗਿਆ ਜੀ। ਨੁਕਸਾਨ ਦੋ ਗਾੜੀ ਇਹ ਫੁੱਟ ਗਈ ਹੈ ਜੀ, ਐਂ ਇੱਕ ਸਕੂਟੀ ਵਾਲਾ ਨੀਚੇ ਆ ਗਿਆ ਤਾਂ ਇਸਕੇ ਗੋਲ ਤੋਂ ਨਿਕਾਲ ਕੇ ਸਕੂਟੀ ਲੈ ਗਿਆ ਜੀ। ਉਹ ਇਹ ਨਸ਼ੇ ਮੈਂ ਹੈ ਜੀ, ਇਹ ਪੂਰਾ ਨਸ਼ੇ ਮੈਂ ਦੂਤ ਹੋ ਰਿਹਾ ਤਾ, ਪ੍ਰੈਸ਼ਰ ਵਾਲੀ ਬ੍ਰੇਕ ਖਤਮ ਹੋ ਗਈ ਇਸ ਕਰਕੇ ਨੀਚੇ ਆਇਆ ਇੱਕਦਮ। ਬਾਕੀ ਚੋਟ ਫੇਟ ਸੇ ਬਚ ਗਏ, ਗਾਡੀਓ ਕਾ ਨੁਕਸਾਨ ਹੈ। ਕਾਰਵਾਈ ਅਭੀ ਤੋ ਜਾਮ ਹਟਵਾਣੇ ਗਈ ਹੈ, ਸਬਸੇ ਪਹਿਲੇ ਤੋ ਪਬਲਿਕ ਕੀ ਦਿੱਕਤ ਹੈ, ਇਸਕੋ ਸਮੱਸਿਆ ਕੋ ਹੱਲ ਕਰਤੇ ਅਭੀ ਜਸਟ।